ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਹੁੰਚੀਆਂ ਸੰਗਤਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਦੇ ਮਾਮਲੇ ਨੇ ਹੁਣ ਤੁਲ ਫੜ ਲਈ ਹੈ। ਕੁਝ ਲੋਕ ਇਸ ਨੂੰ ਸਿਆਸੀ ਰੰਗਤ ਵੀ ਦੇ ਰਹੇ ਹਨ ਅਤੇ ਕੁਝ ਲੋਕ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਇਹ ਸਾਰਾ ਮਾਮਲਾ ਕੀ ਹੈ, ਇਸ ਸੰਬੰਧ ਵਿੱਚ ਸਾਡੇ ਨਾਲ ਇਸ ਵੇਲੇ ਆਨਲਾਈਨ 'ਤੇ ਜੁੜੇ ਹਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਸਾਹਿਬ ਦੇ ਬੋਰਡ ਦੇ ਮੈਂਬਰ ਮਨਪ੍ਰੀਤ ਸਿੰਘ ਪੁੰਜੀਵਾਲਾ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਸਾਰਾ ਇਸ ਮਾਮਲੇ ਨੂੰ ਕਿਸ ਤਰ੍ਹਾਂ ਲੈਂਦੇ ਹਨ ਕਿ ਕਿਵੇਂ ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਦੇ ਵਿੱਚ ਕੋਈ ਕੁਤਾਹੀ ਹੋਈ ਹੈ ਜੋ ਇਹ ਸਭ ਕੁਛ ਸਾਹਮਣੇ ਆ ਰਿਹਾ ਹੈ। ਮਨਪ੍ਰੀਤ ਸਿੰਘ ਜੀ, ਤੁਹਾਡਾ ਪੰਜਾਬ ਟੂਡੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਫਤਿਹ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ, ਸਾਰਾ ਮਸਲਾ ਤੁਹਾਡੇ ਸਾਹਮਣੇ ਤੁਹਾਡੇ ਤੱਕ ਵੀ ਪਹੁੰਚ ਚੁੱਕਾ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਤਾਂ ਇਹਦੇ ਬਾਰੇ ਇਹ ਕਹਿਣ ਲੱਗਾ ਕਿ ਬਈ ਇੱਕ ਮਹੀਨੇ ਤੋਂ ਸਾਡੇ ਹਜ਼ੂਰ ਸਾਹਿਬ ਦੇ ਵੀ ਸੀ, ਇੱਕ ਮਹੀਨੇ ਤੋਂ ਲੰਗਰ ਸਾਹਿਬ ਦੀ ਵੀ ਸੰਗਤ ਸੀ 3,500 ਤੇ ਹਜ਼ੂਰ ਸਾਹਿਬ ਦੇ ਅੰਦਰ ਵੀ 400 ਦੇ ਲਗਭਗ ਸੰਗਤ ਸੀ। ਪਰ ਇਹਨਾਂ ਦੇ 2-3 ਵਾਰ ਟੈਸਟ ਹੋਏ ਨੇ ਇੱਥੇ, ਜਿਹੜੀ ਕਾਰਪੋਰੇਸ਼ਨ ਜੀ, ਕਾਰਪੋਰੇਸ਼ਨ ਜਿਹੜਾ ਪ੍ਰਸ਼ਾਸਨ ਹੈਗਾ, ਮੈਡੀਕਲ ਜਿਹੜੀ ਇੱਥੇ ਜਿਹੜਾ ਹੈਗਾ ਸਰਕਾਰੀ ਹਸਪਤਾਲ, ਉਹਦੇ ਵਿੱਚ ਵੀ ਇਹਨਾਂ ਦੇ ਸਾਰਿਆਂ ਦੇ ਟੈਸਟ ਹੋਏ ਤੇ ਟੋਟਲ ਟੈਸਟ ਨੈਗੇਟਿਵ ਆਏ। ਸੰਗਤ ਜਦੋਂ ਇੱਥੋਂ ਨਿਕਲੀ, ਜਿਹੜੇ ਤਾਰੀਖ ਨੂੰ ਵੀ ਇੱਥੋਂ ਸੰਗਤ ਜਦੋਂ ਨਿਕਲੀ, ਇੱਥੋਂ ਪੰਜਾਬ ਦੇ ਪੰਜਾਬ ਵੱਲ ਤੁਰੀ ਇੱਥੋਂ ਸੰਗਤ, ਤੇ ਉਹਦੇ ਅੰਦਰ ਜਿਹਨੇ, ਮੈਂ ਖੁਦ ਉਹਦੇ ਉਸਦੇ ਨਾਲ ਸੀ ਬਾਬਾ ਜੀ ਉਹਨਾਂ ਦੇ, ਤੇ ਜਿੰਨੀ ਵੀ ਸੰਗਤ ਸੀ ਸਾਰੀ ਤੰਦਰੁਸਤ ਸੰਗਤ ਸੀ। ਕੋਈ ਵੀ ਜਦੋਂ ਇਹ ਇੰਦੌਰ ਗਏ ਨੇ ਤੇ ਉਹਦੇ ਅੱਗੇ ਕੋਈ ਜਿਹੜੇ ਜਿਹੜੇ ਸਟੇਟ ਲੱਗੇ, ਕਿਤੇ ਕੋਈ ਲੰਗਰ ਛਕਿਆ ਹੋਵੇਗਾ, ਕੋਈ ਜਲ ਪਾਣ ਨੂੰ ਰੁਕਿਆ ਹੋਵੇਗਾ, ਤੇ ਉੱਥੇ ਕੁਛ ਹੋਇਆ ਤੇ ਪਤਾ ਨੀ, ਪਰ ਜਿੰਨੀ ਵੀ ਸੰਗਤ ਇੱਥੇ ਸੀ ਉਹ ਸਭ ਚੜ੍ਹਦੀ ਕਲਾ ਵੀ ਸੀ। ਗੁਰੂ ਘਰ ਵਿੱਚ ਆ ਕੇ ਬੰਦਾ ਜੇ ਰੋਗੀ ਵੀ ਹੋਊਗਾ ਤੇ ਨਿਰੋਗੀ ਹੋ ਜਾਣਗਾ ਉਹ ਤਾਂ। ਮਨਪ੍ਰੀਤ ਸਿੰਘ ਜੀ, ਜਿਵੇਂ ਤੁਹਾਨੂੰ ਪਤਾ ਹੈ ਕਿ ਤਬਲੀਗੀ ਜਮਾਤ ਦਾ ਪਹਿਲਾ ਮੁੱਦਾ ਉੱਠਿਆ ਸੀ, ਉਹ ਖਤਮ ਹੋਇਆ ਨਹੀਂ ਅਜੇ। ਉਸ ਤੋਂ ਬਾਅਦ ਕੁਝ ਦੇਸ਼ ਦੇ ਚੈਨਲ ਵੀ ਨੇ, ਕੁਝ ਲੋਕ ਵੀ ਨੇ ਜਿਹੜੇ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਜ਼ੂਰ ਸਾਹਿਬ ਜਾਣ ਮੁਸ਼ਕੇ ਕਰ ਰਹੇ ਨੇ ਕਿ ਹਜ਼ੂਰ ਸਾਹਿਬ ਤੋਂ ਕੋਰੋਨਾ ਦੀ ਬੱਸ ਨਿਕਲੀ ਹੈ, ਸਰਾਸਰ ਗਲਤ ਹੈਗਾ। ਮੇਰੇ ਇਹ ਵਿਚਾਰ ਹੈ ਕਿ ਜੋ ਵੀ ਇਹ ਜਿਹੜੇ ਵੀ ਚੈਨਲ ਇਹ ਕੰਮ ਕਰ ਰਹੇ, ਇਹ ਗਲਤ ਹੈਗਾ। ਇਹ ਧਾਰਮਿਕ ਭਾਵਨਾ, ਜਿਹੜੀ ਧਾਰਮਿਕ ਭਾਵਨਾ ਹੈਗੀ ਸਾਡੀ, ਉਹ ਇਹ ਦੁਖਤ ਕਰ ਰਹੇ ਨੇ ਹਜ਼ੂਰ ਸਾਹਿਬ ਦਾ ਨਾਂ ਬਦਨਾਮ ਕਰਨ ਦਾ ਇਹ ਕੰਮ ਕਰ ਰਹੇ ਨੇ ਇਹ ਲੋਕ। ਜਿੰਨੀ ਵੀ ਸੰਗਤ ਇੱਥੇ ਆਈ ਸੀ, ਜਿੰਨੇ ਵੀ ਸ਼ਰਧਾਲੂ ਇੱਥੇ ਸੀ, ਉਹ ਪੂਰੇ ਤੰਦਰੁਸਤੀ, ਉਹਨਾਂ ਦੇ 3 ਵਾਰ ਚੈੱਕਅਪ ਹੋਏ ਨੇ ਇੱਥੇ, 3 ਵਾਰ ਚੈੱਕਅਪ ਹੋ ਗਏ, 3 ਵਾਰ ਵੀ ਨੈਗੇਟਿਵ ਰਿਪੋਰਟ ਆਈ ਉਹਨਾਂ ਦੀ। ਜਦੋਂ ਇੱਥੇ ਸ਼ਰਧਾਲੂ ਜਦੋਂ ਪੰਜਾਬ ਨੂੰ ਚਾਲਾ ਪਾਏ, ਜਦੋਂ ਵੀ ਸਾਰੇ ਤੰਦਰੁਸਤ ਸੀ, ਅਸੀਂ ਸਾਡੇ ਵੱਡੇ ਬਾਬਾ ਜੀ 5 ਪਿਆਰੇ ਸਾਹਿਬਾਨ ਵਿੱਚੋਂ 2 ਪਿਆਰੇ ਉੱਧਰ ਮੌਜੂਦ ਸੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਜਦੋਂ ਡੇਰੇ 'ਚ ਸੰਗਤ ਤੋਰੀ, ਉੱਥੇ ਬਾਬਾ ਨਰਿੰਦਰ ਸਿੰਘ ਜੀ, ਸਾਡੇ MP ਸਾਹਿਬ ਚਿਕਲੀਗਰ ਸਾਹਿਬ ਤੇ ਜਿੰਨੇ ਵੀ ਬੋਰਡ ਮੈਂਬਰ, 2-3 ਬੋਰਡ ਮੈਂਬਰ ਤੇ ਹਜ਼ੂਰ ਸਾਹਿਬ ਦੀ ਜਿੰਨੀ ਸੰਗਤ ਹੈ ਜੀ, ਇੱਧਰ ਦੇ MLA ਸਾਰੇ ਕੁਝ ਇੱਧਰ ਹੀ ਸੀ ਨਾ, ਉਹਨਾਂ ਨੇ ਤਾਂ ਸਾਨੂੰ ਤਾਂ ਕੁਛ ਵੀ ਨੀ ਹੋਇਆ ਇੱਥੇ। ਤੁਹਾਨੂੰ ਲੱਗਦਾ ਹੈ ਕਿ ਮਤਲਬ ਜਿਵੇਂ ਜਦੋਂ ਇਹ ਜਿਹੜੇ ਯਾਤਰੀ ਫਸੇ ਹੋਏ ਸੀ, ਉਦੋਂ ਇਹਨਾਂ ਨੂੰ ਪੰਜਾਬ ਲਿਆਉਣ ਲਈ ਦੋਨੋਂ ਜਿਹੜੀਆਂ ਪੰਜਾਬ ਦੀਆਂ ਮੁੱਖ ਧਿਰਾਂ ਨੇ, ਉਹ ਪਹਿਲਾਂ ਕ੍ਰੈਡਿਟ ਵਾਰ ਲੱਗੀ ਹੋਈ ਸੀ ਕਿ ਅਸੀਂ ਪਹਿਲਾਂ ਇਹਨਾਂ ਨੂੰ ਸਾਡੇ ਜ਼ਰੀਏ ਪੰਜਾਬ ਪਹੁੰਚ ਜਾਣ, ਤੇ ਕੁਛ ਇਸ ਤਰ੍ਹਾਂ ਦੀ ਹਫੜਾ ਦਫੜੀ ਕਰਕੇ ਕੁਝ ਇਹੋ ਜਿਹੇ ਨਤੀਜੇ ਸਾਹਮਣੇ ਆਏ ਨੇ। ਨਹੀਂ, ਉਹ ਤਾਂ ਚੱਲੀ ਰਿਹਾ ਸੀ, ਪੰਜਾਬ ਕੈਪਟਨ ਸਾਹਿਬ ਦਾ ਤੇ ਹਰਸਿਮਰਤ ਕੌਰ ਬਾਦਲ ਮੈਡਮ ਦਾ ਚੱਲੀ ਰਿਹਾ ਸੀ ਨਾ, ਉਹ ਤਾਂ ਅਸੀਂ ਵੇਖ ਹੀ ਰਹੇ ਸੀ ਵਟਸਐਪ ਤੇ, ਫੇਸਬੁੱਕ ਤੇ, ਉਹਨਾਂ ਦੀ ਤਾਂ ਚੱਲੀ ਰਿਹਾ ਸੀ। ਪਰ ਜੇ ਪੰਜਾਬ ਸਰਕਾਰ ਜੇ ਬੱਸਾਂ ਨਾ ਭੇਜ ਕੇ ਵੀ ਟ੍ਰੇਨ ਰਾਹੀਂ ਜੇ ਸੰਗਤ ਬੁਲਾਉਂਦੀ ਤਾਂ ਵਧੀਆ ਰਹਿੰਦਾ ਸੀ। ਜਦੋਂ ਇੱਥੇ ਉਹਨਾਂ ਨੂੰ ਬੱਸ ਟ੍ਰੇਨ ਵਿੱਚ ਅੰਦਰ ਪਾ ਗਿਆ, ਟ੍ਰੇਨ ਦੇ ਅੰਦਰ ਜਦੋਂ ਬਹਿ ਜਾਂਦੇ ਸੀ ਤੇ ਪੂਰੇ ਡੋਰ ਲੌਕ ਕਰਕੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਕਰਕੇ ਇੱਥੋਂ ਤੁਰੇ ਗਈ ਸਿੱਧਾ ਪੰਜਾਬ ਨੂੰ ਰੁਕ ਕੇ ਉੱਥੇ ਫਿਰ ਉੱਥੇ ਟੈਸਟ ਕਰਕੇ ਅੰਦਰ ਰਿਹਾ ਤਾਂ ਚੰਗਾ ਰਹਿੰਦਾ ਸੀ। ਜਦੋਂ ਇੰਦੌਰ ਵੀ ਬੜੇ ਮਾਮਲੇ ਆ ਰਹੇ ਨੇ ਸਾਹਮਣੇ ਕਿ ਇੰਦੌਰ ਵੀ ਬੜਾ ਕੋਰੋਨਾ ਦਾ ਉਹ ਚੱਲ ਰਿਹਾ, ਉਹ ਕੋਰੋਨਾ ਦੀ ਮਹਾਮਾਰੀ। ਮਨਪ੍ਰੀਤ ਜੀ, ਮੈਨੂੰ ਇਹ ਦੱਸੋ ਕਿ ਤੁਹਾਡੇ ਤਖ਼ਤ ਸਾਹਿਬ ਦੇ ਵਿੱਚ ਕਿੰਨੇ ਸ਼ਰਧਾਲੂ ਸਨ ਜਿਹੜੇ ਲਗਾਤਾਰ ਮਤਲਬ ਇੱਥੇ ਕਿੰਨੇ ਦਿਨ ਰੁਕੇ ਸੀ, ਔਰ ਕਿੰਨੇ ਸ਼ਰਧਾਲੂਆਂ ਦੀ ਇੱਥੇ ਮਤਲਬ ਗਿਣਤੀ ਸੀਗੀ? ਤਖ਼ਤ ਸਾਹਿਬ ਦੇ ਅੰਦਰ 400 ਸ਼ਰਧਾਲੂ ਸੀ ਜਿਹੜੇ ਤਖ਼ਤ ਸਾਹਿਬ ਦੇ ਅੰਦਰ, ਲੰਗਰ ਸਾਹਿਬ ਜਿਹੜਾ ਨਿਧਾਨ ਸਿੰਘ ਜੀ ਡੇਰਾ ਹੈਗਾ ਸੰਤ ਬਾਬਾ ਬਲਵਿੰਦਰ ਸਿੰਘ ਉਹਨਾਂ ਦਾ, ਉੱਥੇ 3,500 ਸ਼ਰਧਾਲੂ ਸੀ। ਜਦੋਂ ਉੱਥੇ 3,500 ਸ਼ਰਧਾਲੂ ਇੱਥੇ ਰੋਜ਼ ਆਉਂਦੇ ਸੀ ਦਰਸ਼ਨਾਂ ਵਾਸਤੇ, ਕੋਈ ਸ਼ਾਮੀ ਆ ਜਾਂਦਾ, ਕੋਈ ਅੰਮ੍ਰਿਤ ਵੇਲੇ, ਕੋਈ ਸਵੇਰੇ, ਜਿਹੜੇ ਅੰਦਰ ਸੇ ਵੀ ਸ਼ਰਧਾਲੂ ਸੀ ਉਹ ਵੀ ਰੋਜ਼ ਦਰਸ਼ਨ ਕਰਨ ਵਾਲੇ ਤਖ਼ਤ ਸਾਹਿਬ ਆਉਂਦੇ ਸੀ। ਸਾਰੇ ਹੀ ਸੰਗਤ ਦਰਸ਼ਨ ਕਰਦੀ ਰਹੀ ਇੱਥੇ ਆ ਕੇ। ਪਹਿਲੇ ਜਦੋਂ ਲਾਕਡਾਊਨ ਹੋਇਆ ਉਹ 2-4-5 ਦਿਨ ਪਰੇਸ਼ਾਨੀ ਹੋਈ, ਪੁਲਿਸ ਨੇ ਵੀ ਬੜਾ ਪਰੇਸ਼ਾਨ ਕੀਤਾ ਕਿ ਨਹੀਂ ਹੁਣ ਲਾਕਡਾਊਨ ਹੋ ਗਿਆ ਦਰਸ਼ਨ ਨਾ ਕਰੋ। ਬਾਅਦ ਫਿਰ 3 ਨੰਬਰ ਗੇਟ 4 ਨੰਬਰ ਗੇਟ ਤੋਂ ਰੋਜ਼ ਦਰਸ਼ਨ ਕਰਦੀ ਰਹੀ ਸੰਗਤ ਡੇਲੀ। ਪਰ ਤੁਹਾਨੂੰ ਇਹ ਲੱਗਦਾ ਸੀ ਕਿ ਇਹ ਜਿੰਨੇ ਦਿਨ ਤੁਹਾਡੇ ਕੋਲ ਸੰਗਤ ਰੁਕੀ ਹੈ, ਚਾਹੇ ਉਹ ਕਿਸੇ ਵੀ ਸ਼ਹਿਰ ਦੀ ਸੀ ਜਾਂ ਕਿਸੇ ਵੀ ਜਗ੍ਹਾ ਦੀ, ਕੋਈ ਇੱਕ ਮਰੀਜ਼ ਟਾਈਪ ਕੋਈ ਤੁਹਾਨੂੰ ਲੱਗਾ ਕਿ ਕਿਸੇ ਵੀ ਸ਼ਰਧਾਲੂ ਚ ਕੋਈ ਲੱਛਣ ਪਾਏ ਗਏ ਹੋਣ?
ਇੱਕ ਵੀ ਸੰਗਤ ਨੂੰ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਜੇ ਇੱਥੇ ਹੋ ਜਾਂਦਾ ਸੰਗਤ ਸਾਡੇ ਕੋਲ ਤਾਂ 35 ਦਿਨ ਸੀ ਨਾ ਇੱਥੇ, ਸਾਨੂੰ ਪਤਾ ਲੱਗ ਸੀ ਨਾ ਜਦੋਂ ਗੌਰਮੈਂਟ ਇੱਧਰ ਦੀ ਜਿਹੜੀ ਪ੍ਰਸ਼ਾਸਨ ਹੈਗਾ ਸਾਡਾ ਨਾਂਦੇੜ ਰਾਜ ਦੇ ਜਿਹੜੀ ਹੈਗੀ ਆਪਣੀ ਹੋਸਪਿਟਲ ਹੈਗੇ, ਇਹਨਾਂ ਨੇ ਪਹਿਲੇ ਇੱਥੇ ਰਿਪੋਰਟ ਕੀਤੀ ਨਾ ਸਾਰੀ। ਜਿਵੇਂ ਕਿ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਕੇਸ ਪਾਏ ਗਏ ਨੇ ਅੱਜ ਤੱਕ, ਕਿ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ਦੇ ਨਾਂਦੇੜ ਨਾਂਦੇੜ ਹੁਣ ਤਾਂ ਗ੍ਰੀਨ ਜ਼ੋਨ ਵਿੱਚ ਸੀ। ਹਜ਼ੂਰ ਸਾਹਿਬ ਜਿਹੜਾ ਹੈਗਾ ਨਾ, ਗੁਰੂ ਸਾਹਿਬ ਦੀ ਚਰਨ ਛੋਹ ਵਾਲਾ ਸਥਾਨ ਹੈਗਾ ਹਜ਼ੂਰ ਸਾਹਿਬ ਜਿਹੜਾ ਹੈਗਾ, ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ ਇੱਥੇ, ਇਸ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਤਾਂ ਚੜ੍ਹਦੀ ਕਲਾ ਵਿੱਚ ਹੈਗਾ। ਹੁਣ ਮੈਨੂੰ ਨੀ ਪਤਾ ਇਹ ਜਿਹੜੀ ਖ਼ਬਰਾਂ ਆ ਰਹੀਆਂ ਨੇ ਕਿ ਪੋਜ਼ਿਟਿਵ ਨਾਂਦੇੜ ਤੋਂ ਨਿਕਲੇ, ਸਾਨੂੰ ਤਾਂ ਇੱਧਰ ਕੋਈ ਵੀ ਤਕਲੀਫ਼ ਨਹੀਂ ਹੈਗੀ। ਹੁਣ ਇਸ ਟਾਈਮ ਪੰਜਾਬ ਤੋਂ ਇਲਾਵਾ ਕੋਈ ਹੋਰ ਸ਼ਰਧਾਲੂ ਹੈ ਨੇ ਜਿਹੜੇ ਹਜ਼ੂਰ ਸਾਹਿਬ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੇ ਦਿੱਲੀ ਦੇ? ਹਾਂ, ਦਿੱਲੀ ਦੇ ਸ਼ਰਧਾਲੂ ਹੈਗੇ, 300 ਸ਼ਰਧਾਲੂ ਹੈਗੇ ਇੱਥੇ ਲੰਗਰ ਸਾਹਿਬ ਬਾਬਾ ਨਿਗਰਾਨ ਸਿੰਘ ਦੇ ਵਿੱਚ। ਤੇ ਪੰਜਾਬ ਦੇ ਜਿਹੜੇ ਸ਼ਰਧਾਲੂਆਂ ਦੀ ਵਾਪਸੀ ਤੋਂ ਬਾਅਦ ਕੋਈ ਦੁਬਾਰਾ ਉੱਥੇ ਟੈਸਟ ਕਰਵਾਏ ਗਏ ਜਿਹੜੇ ਹੁਣ ਮੌਜੂਦਾ ਉੱਥੇ ਸ਼ਰਧਾਲੂ ਮੌਜੂਦ ਨੇ? ਨਾ, ਹੁਣ ਤਾਂ ਨਹੀਂ ਕੀਤੇ ਗਏ, ਪਰ ਜਦੋਂ 3 ਟੈਸਟ ਕੀਤੇ ਗਏ, ਹੁਣ 8 ਦਿਨ 4 ਦਿਨ ਤਾਂ ਹੋਏ ਨਾ ਟੈਸਟ ਕਰਕੇ, ਹਰ 8 ਦਿਨ ਬਾਅਦ ਉਹਨਾਂ ਦੇ ਟੈਸਟ ਹੋ ਰਹੇ, ਹੁਣ ਵੀ ਹੋ ਜਾਣਗੇ ਟੈਸਟ। ਤੁਹਾਨੂੰ ਲੱਗਦਾ ਕਿ ਜਿਹੜੇ ਮਹਾਰਾਸ਼ਟਰ ਦੇ ਸਰਕਾਰ ਵੱਲੋਂ ਜਿਹੜੇ ਉੱਥੇ ਤਖ਼ਤ ਸਾਹਿਬ ਦੇ ਵਿੱਚ ਟੈਸਟ ਹੋ ਰਹੇ ਨੇ, ਉਹ ਬਿਲਕੁਲ ਸਹੀ ਤਰੀਕੇ ਨਾਲ ਕੀਤੇ ਗਏ ਹੋਣਗੇ? ਇਹ ਨਹੀਂ ਲੱਗਦਾ ਕਿ ਕਿਤੇ ਉੱਥੇ ਵੀ ਕੋਤਾਹੀ ਨਾ ਹੋ ਗਈ ਹੋਏਗੀ ਟੈਸਟ ਦੇ ਦਰਮਿਆਨ? ਨਹੀਂ, ਇੱਧਰ ਪੂਰੇ ਪ੍ਰੋਪਰ ਟੈਸਟ ਹੋ ਰਹੇ ਨੇ, ਕਿਉਂਕਿ ਸਾਰਿਆਂ ਦੇ ਨਾਂ ਲਿਖ ਕੇ, ਜਿਹੜਾ ਪ੍ਰਸ਼ਾਸਨ ਕਾਰਪੋਰੇਸ਼ਨ ਜਿਹੜਾ ਆਇਆ ਸੀ, ਇੱਕ ਇੱਕ ਬੰਦੇ ਦਾ ਨਾਂ ਲਿਖ, ਮੋਬਾਈਲ ਨੰਬਰ ਲੈ ਕੇ, ਉਹਦਾ ਆਧਾਰ ਕਾਰਡ ਜਾਂ ਕੋਈ ਆਈਡੀ ਪਰੂਫ ਲੈ ਕੇ, ਇਹਨਾਂ ਨੇ ਬੜੇ ਚੰਗੇ ਤਰੀਕੇ ਨਾਲ ਉਹਨਾਂ ਦੀ ਜਾਂਚ ਕੀਤੀ ਇੱਥੇ। ਤੇ ਜਿਹੜੇ ਤੁਹਾਡੇ ਬੜੀ ਕੋਈ ਕੋਤਾਹੀ ਨਹੀਂ ਹੋ ਰਹੀ ਇੱਥੇ ਹਜ਼ੂਰ ਸਾਹਿਬ ਜੀ, ਜਿਵੇਂ ਇੱਥੇ ਹਜ਼ੂਰ ਸਾਹਿਬ ਦੇ ਵਿੱਚ ਹੁਣ ਤੁਹਾਡੇ ਜਿਹੜੇ ਪ੍ਰਬੰਧਕੀ ਬੋਰਡ ਦੇ ਮੈਂਬਰ ਨੇ ਜਾਂ ਜਿਹੜੇ ਅੰਦਰ ਸੇਵਾਦਾਰ ਨੇ, ਉਹਨਾਂ ਦਾ ਇਸ ਟਾਈਮ ਕੋਈ ਟੈਸਟ ਹੋਇਆ ਪਿਛਲੇ ਦਿਨਾਂ ਦੇ ਵਿੱਚ, ਜਾਂ ਹੁਣ ਇਸ ਟਾਈਮ ਉਹਨਾਂ ਨੇ ਕੋਈ ਨਵੇਂ ਸਿਰੋਂ ਕੋਈ ਟੈਸਟ ਕਰਵਾਏ ਨੇ? ਨਹੀਂ, ਹੁਣ ਤਾਂ ਕਿਸੇ ਨੇ ਕੋਈ ਟੈਸਟ ਨਹੀਂ ਕਰਵਾਏ। ਨਹੀਂ, ਜਿੱਦਾਂ ਇਹ ਖ਼ਬਰਾਂ ਦੇ ਵਿੱਚ ਆ ਗਿਆ ਸਾਰਾ ਕੁਛ, ਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਸਪੈਸ਼ਲੀ ਆ ਕੇ ਇਹਨਾਂ ਨੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਹੋਈ? ਨਹੀਂ, ਹੁਣ ਤਾਂ ਕੋਈ ਵੀ ਨਹੀਂ ਆਇਆ, ਜਾਂਚ ਵਾਸਤੇ ਵੀ ਨਹੀਂ ਆਇਆ, ਕੋਈ ਵੀ ਨਹੀਂ ਆਇਆ। ਠੀਕ ਹੈ ਜੀ, ਤੇ ਇਹ ਤੁਸੀਂ ਮੈਨੂੰ ਇਹ ਥੋੜਾ ਦੱਸੋਗੇ ਕਿ ਇੱਥੋਂ ਕਿੰਨੇ ਸ਼ਰਧਾਲੂਆਂ ਦਾ ਜਿਹੜਾ ਲੰਗਰ ਹੈ, ਹੁਣ ਵੀ ਮੈਨੂੰ ਪਤਾ ਲੱਗਾ ਕਿ ਹੁਣ ਵੀ ਜਾ ਰਿਹਾ ਬਾਹਰ ਆਪਾਂ ਸੇਵਾ ਦੇ ਰੂਪ ਵਜੋਂ ਲੰਗਰ ਜਾ ਰਿਹਾ? ਹੁਣ ਵੀ ਜਿੰਨੇ ਮੇਰੇ ਹਿਸਾਬ ਨਾਲ ਲਗਭਗ ਰੋਜ਼ 2-2.5 ਲੱਖ ਸ਼ਰਧਾਲੂ ਦਾ ਲੰਗਰ ਇੱਥੋਂ ਜਾ ਰਿਹਾ ਰੋਜ਼ ਡੇਲੀ। ਠੀਕ ਹੈ, ਤੇ ਤੁਸੀਂ ਕੀ ਸਮਝਦੇ ਹੋ ਜਿਹੜੇ ਪਿੰਡਾਂ ਵਿੱਚ ਉਹਨਾਂ ਨੂੰ ਲੰਗਰ ਰੋਜ਼ ਜਾ ਰਿਹਾ ਇੱਥੋਂ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਦੋਂ ਤੁਸੀਂ ਇੰਨੀ ਸੇਵਾ ਕਰਦੇ ਪਏ ਹੋ, ਜਿਹੜੇ ਇੰਨੇ ਯਾਤਰੀ ਸੀ ਉਹਨਾਂ ਨੂੰ ਵੀ ਸਾਂਭ ਕੇ ਰੱਖਿਆ ਹੋਇਆ, ਤੋ ਪੰਜਾਬੀ ਚ ਕਹਿ ਲਓ ਕਿ ਠੀਕਰਾ ਜਿਹੜਾ ਬਦਨਾਮੀ ਦਾ ਭੱਜਦਾ ਜਾ ਰਿਹਾ ਸਿਰ ਦੇ ਉੱਪਰ? ਨਹੀਂ, ਬੜਾ ਦੁੱਖ ਹੋ ਰਿਹਾ ਸਾਨੂੰ, ਜਿਹੜਾ ਮੀਡੀਆ ਤੇ ਉਛਾਲਾ ਜਾ ਰਿਹਾ ਨਾ ਹਜ਼ੂਰ ਸਾਹਿਬ ਦਾ ਨਾਂ, ਬੜਾ ਦੁੱਖ ਹੋ ਰਿਹਾ ਕਿ ਇੰਨੀ ਅਸੀਂ ਸੇਵਾ ਕਰੀ ਯਾਤਰੂਆਂ ਦੀ, ਜਿਹੜੇ ਸ਼ਰਧਾਲੂ ਆਏ ਸੀ ਉਹਨਾਂ ਦੀ ਵੀ ਸੇਵਾ ਕੀਤੀ, ਉਹਨਾਂ ਦੇ ਵੀ ਸਾਨੂੰ ਫੋਨ ਆ ਰਹੇ ਕਿ ਸਾਨੂੰ ਵੀ ਕੋਈ ਲੁਧਿਆਣੇ ਦਾ ਹੈਗਾ, ਕੋਈ ਅੰਮ੍ਰਿਤਸਰ ਦਾ ਹੈਗਾ, ਕਿ ਬਈ ਨਹੀਂ ਅਸੀਂ ਚੰਗੇ ਹੈਗੇ, ਹੁਣ ਸਾਡੀ ਰਿਪੋਰਟ ਵੀ ਆਉਣ ਵਾਲੀ ਹੈਗੀ, ਤੁਸੀਂ ਬੜੀ ਸੇਵਾ ਕੀਤੀ ਹੈ, ਚੈਨਲ ਵਾਲੇ ਜਾਣ ਬੁੱਝ ਕੇ ਕਰ ਰਹੇ ਨੇ ਇੱਦਾਂ ਦਾ, ਉਹ ਵੀ ਕਹਿਣ ਲੱਗੇ। ਮੇਰੇ ਆਖਰੀ ਸਵਾਲ ਹੈ, ਮੈਨੂੰ ਤੁਸੀਂ ਆਪਣੇ ਜ਼ਰੀਏ, ਆਪਣੇ ਬੋਰਡ ਦੇ ਜ਼ਰੀਏ ਆਮ ਸੰਗਤ ਤੇ ਖਾਸ ਤੌਰ ਤੇ ਸਿਆਸੀ ਨੇਤਾਵਾਂ ਨੂੰ ਕੀ ਅਪੀਲ ਕਰਨੀ ਚਾਹੋਗੇ, ਜੋ ਇਹ ਵਾਵਰੋਲਾ ਪੈ ਰਿਹਾ, ਜੋ ਸਾਰਾ ਠੀਕਰਾ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਜ਼ੂਰ ਸਾਹਿਬ ਦਾ ਨਾਮ ਬਾਰ ਬਾਰ ਅੱਗੇ ਲਿਆਂਦਾ ਜਾ ਰਿਹਾ, ਉਹਨਾਂ ਲੋਕਾਂ ਨੂੰ, ਉਹਨਾਂ ਸਿਆਸੀ ਲੋਕਾਂ ਨੂੰ ਤੇ ਆਮ ਲੋਕਾਂ ਨੂੰ ਕੀ ਅਪੀਲ ਕਰੋਗੇ? ਨਹੀਂ, ਮੇਰੀ ਤਾਂ ਅਪੀਲ ਇੱਕ ਹੀ ਹੈਗੀ, ਤੇ ਗੁਰੂ ਸਾਹਿਬ ਦੀ ਨਗਰੀ ਹੈਗੀ, ਹਜ਼ੂਰ ਸਾਹਿਬ ਬਦਨਾਮੀ ਕਰਨੀ ਨਹੀਂ ਚਾਹੀਦੀ ਕਿਸੇ ਨੇ ਵੀ, ਜੇ ਕਰਨਗੇ ਸੋ ਵਹਣਗੇ, ਜੇ ਉਹਨਾਂ ਨੇ ਬਦਨਾਮੀ ਵੀ ਕਰਨੀ ਚਾਹੀਦੀ ਤਾਂ ਉਹ ਤਾਂ ਵਹਣਗੇ ਹੀ ਨਾ, ਸੂਰਜ ਨੂੰ ਵੇਖ ਕੇ ਜੇ ਥੁੱਕਿਆ ਜਾਵੇ ਤਾਂ ਮੂਤੀ ਗਿਰੂ ਗਾਵਾਂ ਦੇ, ਸਿਆਸੀ ਬੰਦੇ ਹੋਣਗੇ ਤਾਂ ਚੈਨਲ ਵਾਲੇ ਕੋਈ ਵੀ ਹੋਵੇ, ਇਹ ਜਿਹੜਾ ਕੰਮ ਹੈਗਾ ਚੰਗਾ ਨਹੀਂ ਹੈਗਾ, ਗੁਰੂ ਘਰ ਤੋਂ ਗੁਰੂ ਨਾਨਕ ਸਾਹਿਬ ਦੇ ਲੰਗਰ ਤੋਂ ਰੋਜ਼ 2-2.5 ਲੱਖ ਇੱਥੇ ਜਿਹੜੇ ਵੀ ਹੈਗੇ ਨਾਂਦੇੜ ਦੇ ਪਿੰਡ ਆਲੇ ਦੁਆਲੇ ਦੇ, ਉਹਨਾਂ ਨੂੰ ਸਾਰਿਆਂ ਨੂੰ ਲੰਗਰ ਛਕਾਇਆ ਜਾ ਰਿਹਾ, ਗੁਰੂ ਸਾਹਿਬ ਇੱਥੇ ਹਾਜ਼ਰ ਨਾਜ਼ਰ ਹੈਗੇ, ਜਿਹੜਾ ਇਹ ਕੰਮ ਕਰ ਰਹੇ ਨੇ ਇਹ ਆਪ ਹੀ ਭੁਗਤਣਗੇ, ਇਹ ਆਪ ਦੇ ਭਾਗੀਦਾਰ ਬਣਨ ਲੱਗੇ ਜਿੰਨੇ ਵੀ ਹਜ਼ੂਰ ਸਾਹਿਬ ਦੇ। ਮਨਪ੍ਰੀਤ ਜੀ, ਇੱਕ ਵੱਡਾ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਇੱਥੇ ਸਾਰੇ ਨੈਗੇਟਿਵ ਸੀਗੇ ਤੇ ਇੱਕਦਮ ਪੰਜਾਬ ਪਹੁੰਚਦਿਆਂ ਇਹ ਸਾਰੇ ਪੋਜ਼ਿਟਿਵ ਕਿੱਦਾਂ ਹੋ ਗਏ, ਇਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕੀ ਕਾਰਨ ਹੈ ਕਿ ਜਿਹੜਾ ਪੋਜ਼ਿਟਿਵ ਹੋ ਗਏ? ਉਹ ਵੀ ਸਾਨੂੰ ਅਸੀਂ ਵੀ ਸੋਚ ਰਹੇ ਕਿ ਕਿੱਦਾਂ ਇਹ ਪੋਜ਼ਿਟਿਵ ਹੋ ਗਏ, ਕਿਉਂਕਿ ਇੱਥੇ ਜਿੰਨੇ ਵੀ ਦਿਨ ਸੀ ਸਾਡੇ ਸੇਵਾਦਾਰ ਵੀ ਉਹੀ ਨੇ, ਤੇ ਜਿਹੜਾ ਸਟਾਫ ਹੈਗਾ ਅੱਜ ਵੀ ਉਹੀ ਸੇਵਾ ਉੱਥੇ ਕਰ ਰਿਹਾ, ਉਹਨਾਂ ਨੂੰ ਕੁਛ ਵੀ ਨਹੀਂ ਹੋ ਰਿਹਾ, ਲੰਗਰ ਸਾਹਿਬ ਵੀ ਜਿਹੜਾ ਸਟਾਫ ਹੈਗਾ ਉਹ ਆਹ ਸੇਵਾ ਕਰ ਰਿਹਾ, ਬਾਬਾ ਬਲਿੰਦਰ ਸਿੰਘ ਜੀ ਸੇਵਾ ਕਰ ਰਹੇ ਨੇ, ਸਾਡੇ ਪਿਆਰੇ ਸੇਵਾ ਕਰ ਰਹੇ ਨੇ, ਅਸੀਂ ਹੁਣ ਵੀ ਸੇਵਾ ਕਰਨ ਲੱਗੇ, ਸਾਨੂੰ ਕਿਸੇ ਨੂੰ ਕੁਛ ਨਾ। ਇੰਦੌਰ ਜਦੋਂ ਲੱਗਦਾ, ਇੰਦੌਰ ਵਿੱਚ ਬੜੇ ਹੈਗੇ ਇੱਥੇ ਕੋਰੋਨਾ ਪੋਜ਼ਿਟਿਵ ਬੜੇ ਨਿਕਲੇ ਇੰਦੌਰ ਵਿੱਚ, ਉੱਥੇ ਚੱਲ ਰਹੇ ਨਾ ਪ੍ਰਵਾਜ। ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਇਸ ਗੱਲ ਲਈ, ਫਿਰ ਵੀ ਕੌਣ ਦੋਸ਼ੀ ਹੈ ਕਿ ਜਿਹੜਾ ਇਹ ਸਾਰਾ ਸਭ ਕੁਝ ਚੰਗਾ ਤੁਸੀਂ ਪੇਸ਼ੈਂਟ ਸ਼ਰਧਾਲੂਆਂ ਨੂੰ ਭੇਜਦੇ ਹੋ ਤੇ ਇੱਥੇ ਜਾ ਕੇ ਮਰੀਜ਼ ਬਣ ਜਾਂਦੇ ਨੇ, ਕੌਣ ਦੋਸ਼ੀ ਹੈ ਤੁਹਾਡੀ ਨਜ਼ਰ 'ਚ?
ਮੇਰੇ ਨਜ਼ਰ ਤਾਂ ਹੁਣ ਮੈਂ ਤਾਂ ਕਿਸੇ ਨੂੰ ਜਦੋਂ ਮੈਨੂੰ ਏਦਾਂ ਲੱਗ ਰਿਹਾ ਕਿ ਜਦੋਂ ਮੇਰੀ ਤਾਂ ਇੱਕ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਜੀ ਟ੍ਰੇਨ ਨਾਲ ਮੰਗਾ ਲੈਂਦੇ ਯਾਤਰਾਵਾਂ ਤਾਂ ਬੜਾ ਚੰਗਾ ਹੁੰਦਾ ਸੀ। ਬਸ ਰਾਹੀਂ ਜਦੋਂ ਗਏ ਕਿੱਥੇ ਖਲੋਗੇ ਹੋਣਗੇ, ਕਿਸੇ ਮਿਲੇ ਹੋਣਗੇ, ਜਲ ਪਾਣੀ ਛਕਿਆ ਹੋਵੇਗਾ, ਲੰਗਰ ਛਕਿਆ ਹੋਵੇਗਾ। ਬੋਰਡ ਵੱਲੋਂ ਕੋਈ ਬੇਨਤੀ ਕੀਤੀ ਗਈ ਸੀ ਕਿ ਇਹਨਾਂ ਨੂੰ ਟ੍ਰੇਨ ਰਾਹੀਂ ਭੇਜਿਆ ਜਾਵੇ, ਬੱਸਾਂ ਰਾਹੀਂ ਨਾ ਭੇਜਿਆ ਜਾਵੇ? ਹਾਂ, ਟ੍ਰੇਨ ਦੇ ਵਿੱਚ ਸਾਡੀ ਗੱਲ ਵੀ ਚੱਲ ਰਹੀ ਸੀ ਨਾ ਉੱਪਰ, ਤੇ ਉਹ ਨਹੀਂ ਹੋਇਆ, ਕੰਮ ਨਹੀਂ ਹੋਇਆ ਟ੍ਰੇਨ ਦਾ। ਅਸੀਂ ਤਾਂ ਲਿਸਟ ਵੀ ਬਣਾਈ ਸਾਰੀ ਟ੍ਰੇਨ ਦੀ, ਬਾਬਾ ਬਲਵਿੰਦਰ ਸਿੰਘ ਨੇ ਲਿਸਟ ਬਣਾਈ, ਫਿਰ ਉੱਪਰੋਂ ਰਿਜੈਕਟ ਹੋ ਗਈ ਲਿਸਟ। ਵੈਸੇ ਤਾਂ ਸਿਆਸੀ ਲੀਡਰ ਬਹੁਤ ਕ੍ਰੈਡਿਟ ਵਾਰ ਚ ਪਏ ਹੋਏ ਆ, ਤੁਹਾਡਾ ਤੇ ਪ੍ਰੈਕਟੀਕਲੀ ਤੁਸੀਂ ਹੰਡਾਇਆ ਹੈ ਸਾਰਾ ਕੁਝ। ਤੁਹਾਨੂੰ ਜ਼ਿਆਦਾ ਪਤਾ ਹੈ ਕਿ ਇਹ ਆਖਿਰਕਾਰ ਜਿਹੜੇ ਵਾਪਸੀ ਹੋਈ ਇਹਨਾਂ ਦੀ, ਸ਼ਰਧਾਲੂਆਂ ਦੀ ਘਰ ਵਾਪਸੀ ਹੋਈ ਹੈ, ਇਹਦੇ ਚ ਜ਼ਿਆਦਾ ਰੋਲ ਕਿਦਾਂ ਰਿਹਾ? ਪੰਜਾਬ ਗਵਰਨਮੈਂਟ ਦਾ ਰਿਹਾ, ਸੈਂਟਰ ਗਵਰਨਮੈਂਟ ਦਾ ਰਿਹਾ, ਜਾਂ ਜਿਹੜੇ ਵੀ ਲੋਕ ਆਪਸ ਚ ਲੱਗੇ ਹੋਏ ਇਹਨਾਂ ਚੋਂ ਕੌਣ ਜ਼ਿਆਦਾ, ਜਿਹਨੇ ਅਹਿਮ ਵੱਡੀ ਭੂਮਿਕਾ ਨਿਭਾਈ ਹੈ? ਸਾਰੇ ਹੀ ਲੱਗੇ ਹੋਏ ਨੇ। ਸੰਤ ਬਾਬਾ ਬਲਵਿੰਦਰ ਸਿੰਘ ਜੀ ਵੀ ਉਧਰ ਲੱਗੇ, ਗੁਰਦੁਆਰਾ ਬੋਰਡ ਦੀ ਨੇ ਵੀ ਲੱਗਿਆ, ਇੱਥੋਂ ਕੰਮ ਕੀਤਾ, ਤੇ ਉਧਰ ਬਾਦਲ ਸਾਹਿਬ, ਬਾਦਲ ਮੈਡਮ ਦਾ ਵੀ, ਸਾਡੇ ਜਿਹੜੇ MP ਹੈਗੇ ਸਾਹਿਬ, ਚਿਕਲੀਕਾ ਸਾਹਿਬ, ਉਹਨਾਂ ਦਾ ਵੀ ਰਿਹਾ ਰੋਲ ਬੜਾ। ਫਿਰ ਜਦੋਂ ਅਮਿਤ ਸ਼ਾਹ ਸਾਹਿਬ, ਉਹ ਜਿੰਨੇ ਵੀ ਹੈ, ਜਿਨ੍ਹਾਂ ਨੇ ਵੀ ਸੇਵਾ ਕੀਤੀ, ਸਾਰਾ ਦਾ ਹੀ ਰੋਲ ਰਿਹਾ ਇੱਥੋਂ ਦੇ ਅੰਦਰ। ਚਲੋ ਠੀਕ ਹੈ ਜੀ, ਮਨਪ੍ਰੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਪੰਜ ਅਪ ਟੂਡੇ ਨਾਲ ਗੱਲਬਾਤ ਕਰਦੇ ਹਾਂ, ਤੁਹਾਡਾ ਸਵਾਗਤ ਹੈ ਜੀ।